ਦੇਖੋ ਗਰਾਊਂਡ ਜ਼ੀਰੋ ਤੋਂ ਤਸਵੀਰ ਦਿਖਾਵਾਂਗੇ ਕਿ ਇਸ ਵੇਲੇ ਸ਼ੰਭੂ ਬਾਰਡਰ ਦੀ ਪਿਕਚਰ ਕੀ ਹੈ, ਕਿਉਂਕਿ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ, ਕਿਸਾਨਾਂ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਦਿੱਲੀ ਦੇ ਲਈ ਕੂਚ ਕੀਤਾ, ਲੇਕਿਨ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਜਿਸ ਨੂੰ ਨੈਸ਼ਨਲ ਹਾਈਵੇ ਕਿਹਾ ਜਾਂਦਾ ਵੈ, ਉਥੇ ਜਦੋਂ ਸਾਰਿਆਂ ਨੇ ਉਹ ਤਸਵੀਰਾਂ ਦੇਖੀਆਂ ਸੀਗੀਆਂ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਲਗਾ ਦਿੱਤੀ ਗਈ, ਉਹ ਬੈਰੀਕੇਡਿੰਗ ਦੀ ਤਸਵੀਰ ਵੀ ਦਿਖਾਉਂਦੇ ਆ, ਉਹ ਦੇਖੋ ਕਿ ਉਥੇ ਬੈਰੀਕੇਡਸ ਜਿਹੜੇ ਨੇ ਉਹ ਲਗਾਏ ਹੋਏ ਨੇ ਔਰ ਰਸਤਾ ਜਿਹੜਾ ਉਹ ਬੰਦ ਕੀਤਾ ਹੋਇਆ। ਇਸ ਵੇਲੇ ਨੈਸ਼ਨਲ ਹਾਈਵੇ ਦੇ ਉੱਤੇ ਅਸੀਂ ਮੌਜੂਦ ਆ, ਜਿਹੜੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਇਹ ਨੈਸ਼ਨਲ ਹਾਈਵੇ ਜਾਂਦਾ, ਇਕਲੌਤਾ ਨੈਸ਼ਨਲ ਹਾਈਵੇ ਆ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ, ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੋਇਆ ਔਰ ਜਿਹੜੇ ਲੋਕ ਨੇ ਜਿਹੜੇ ਸਫ਼ਰ ਕਰਦੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਵੈ ਉਹ ਦਿੱਲੀ ਨੂੰ ਕੂਚ ਕਰਨਾ ਪੈਂਦਾ ਜਾਂ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਹੁੰਦਾ, ਜਿਨ੍ਹਾਂ ਨੇ ਵੀ ਸਫ਼ਰ ਜਿਹੜਾ ਵੈ ਉਹ ਤੈਅ ਕਰਨਾ। ਤਾਂ ਇਹ ਤਸਵੀਰ ਬੈਰੀਕੇਟਿੰਗ ਦੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਬੈਰੀਕੇਟਿੰਗ ਜਿਹੜੀ ਪੱਕੇ ਤੌਰ ਦੇ ਉੱਤੇ ਕੀਤੀ ਹੋਈ ਹੈ, ਸੀਮਟ ਦੇ ਜਿਹੜੇ ਰਸਤੇ ਜਿਹੜੇ ਨੇ ਉਸ ਦੇ ਨਾਲ ਬੰਦ ਕੀਤੇ ਹੋਏ ਨੇ। ਉਧਰਲੇ ਪਾਸੇ ਤੁਹਾਨੂੰ ਹਰਿਆਣਾ ਪੁਲਿਸ, ਪੈਰਾਮਿਲਟਰੀ ਫੋਰਸ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਇਹ ਤਸਵੀਰ ਹੈ ਨੈਸ਼ਨਲ ਹਾਈਵੇ ਦੀ, ਜਿਹੜੀ ਲੰਮੇ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਬੰਦ ਪਿਆ ਹੋਇਆ। ਹੁਣ ਸੁਪਰੀਮ ਕੋਰਟ ਦੀ ਟਿੱਪਣੀ ਕਹਿੰਦੀ ਹੈ ਕਿ ਮਹਿਲਾਵਾਂ ਦੇ ਲਈ, ਬਜ਼ੁਰਗਾਂ ਦੇ ਲਈ, ਵਿਦਿਆਰਥੀਆਂ ਦੇ ਲਈ ਰਸਤਾ ਜਿਹੜਾ ਵਾ ਇੱਕ ਪਾਸੇ ਦਾ ਖੋਲਿਆ ਜਾਵੇ। ਤਾਂ ਇਹ ਰਸਤਾ ਦਿੱਲੀ ਨੂੰ ਜਾਂਦਾ, ਦੂਸਰੀ ਰੋਡ ਜਿਹੜੀ ਹੈ ਉਹ ਰੋਡ ਜਿਹੜੀ ਹੈ ਉਹ ਦਿੱਲੀ ਤੋਂ ਵਾਪਸ ਅੰਮ੍ਰਿਤਸਰ ਨੂੰ ਆਉਂਦੀ ਹੈ। ਤਾਂ ਇੱਥੋਂ ਦੀ ਇਹ ਰਸਤਾ ਜਿਹੜਾ ਵੈ ਕੀ ਕੋਈ ਹੁਣ ਖੋਲਿਆ ਜਾਏਗਾ, ਵਿੱਚੋਂ ਥੋੜੀ ਜਿਹੀ ਥਾਂ ਦਿੱਤੀ ਜਾਏਗੀ ਤਾਂ ਕਿ ਬਜ਼ੁਰਗ, ਮਹਿਲਾਵਾਂ, ਸਟੂਡੈਂਟਸ ਜਿਹੜੇ ਨੇ ਉਹ ਇਸ ਰਸਤੇ ਤੋਂ ਜਾ ਸਕਣ, ਇਹ ਸੁਪਰੀਮ ਕੋਰਟ ਨੇ ਕਿਹਾ ਵੈ। ਤਾਂ ਕੀ ਹੁਣ ਦੋਵੇਂ ਸੂਬਿਆਂ ਦੇ DG ਬੈਠ ਕੇ ਥੋੜਾ ਜਿਹਾ ਰਸਤਾ ਖੁਲਵਾਉਣਗੇ ਤਾਂ ਕਿ ਐਮਰਜੈਂਸੀ ਸੇਵਾਵਾਂ ਲਈ ਜਾਂ ਫਿਰ ਮਹਿਲਾਵਾਂ ਲਈ, ਬਜ਼ੁਰਗਾਂ ਲਈ ਇਹ ਰਸਤਾ ਖੁੱਲੇਗਾ ਜਾਂ ਫਿਰ ਇਸੇ ਤਰੀਕੇ ਨਾਲ ਬੈਰੀਕੇਟਿੰਗ ਲੱਗੀ ਰਹੇਗੀ, ਇਹ ਦੇਖਣ ਵਾਲੀ ਗੱਲ ਹੋਏਗੀ। ਦੂਜੇ ਪਾਸੇ ਜਿੱਧਰਲੇ ਪਾਸੇ ਮੈਂ ਸੁਖਜਿੰਦਰ ਨੂੰ ਕਹੂੰਗਾ ਕਿ ਉਧਰਲੀ ਪਿਕਚਰ ਜਿਹੜੀ ਉਹ ਦਿਖਾਈ ਜਾਵੇ ਔਰ ਉਧਰ ਟਰਾਲੀਆਂ ਜਿਹੜੀਆਂ ਨੇ ਪੱਕੇ ਤੌਰ ਦੇ ਉੱਤੇ ਲੱਗੀਆਂ ਹੋਈਆਂ ਨੇ, ਇੱਕ ਸਟੇਜ ਤੁਹਾਨੂੰ ਨਜ਼ਰ ਆਏਗੀ ਔਰ ਉਸ ਸਟੇਜ ਤੋਂ ਪਿੱਛੇ ਤਕਰੀਬਨ 1.5 ਕਿਲੋਮੀਟਰ ਤੱਕ ਜਿਹੜੀਆਂ ਨੇ ਉਹ ਟਰਾਲੀਆਂ ਲੱਗੀਆਂ ਹੋਈਆਂ ਪੱਕੇ ਤੌਰ ਦੇ ਉੱਤੇ। ਕਿਸਾਨਾਂ ਦੀ ਤਾਦਾਦ ਚਾਹੇ ਘੱਟ ਹੋਵੇ, ਕਿਉਂਕਿ ਕਿਸਾਨ ਆਉਂਦੇ ਨੇ ਪਿੰਡਾਂ ਨੂੰ ਮੁੜ ਜਾਂਦੇ ਨੇ, ਲੇਕਿਨ ਪੱਕੇ ਤੌਰ ਦੇ ਉੱਤੇ ਇਹ ਜਿਹੜੀਆਂ ਟਰਾਲੀਆਂ, ਟਰੈਕਟਰ ਜਿਹੜੇ ਨੇ ਉਹ ਖੜੇ ਕੀਤੇ ਹੋਏ ਨੇ ਔਰ ਇਹ ਰਸਤਾ ਜਿਹੜਾ ਵੈ ਦਿੱਲੀ ਆਉਣ ਜਾਣ ਲਈ ਬੰਦ ਪਿਆ ਵੈ। ਕਿਸਾਨਾਂ ਦਾ ਇਹ ਕਹਿਣਾ ਹੈ ਕਿ ਰਸਤਾ ਖੁੱਲਣਾ ਚਾਹੀਦਾ, ਅਸੀਂ ਇਸ ਦੇ ਹੱਕ ਦੇ ਵਿੱਚ ਹਾਂ ਔਰ ਅਸੀਂ ਦਿੱਲੀ ਕੂਚ ਕਰਨਾ ਚਾਹੁੰਦੇ ਹਾਂ, ਦਿੱਲੀ ਜਾਣਾ ਚਾਹੁੰਦੇ ਹਾਂ, ਕਿਉਂਕਿ ਬੈਰੀਕੇਟਿੰਗ ਲਗਾ ਦਿੱਤੀ ਸੀ, ਇਸ ਕਰਕੇ ਸਾਨੂੰ ਇੱਥੇ ਬਹਿਣਾ ਪੈ ਰਿਹਾ। ਸੁਖਜਿੰਦਰ ਨੂੰ ਕਹੂੰਗਾ ਕੈਮਰੇ ਦੀ ਅੱਖ ਜਿੱਥੇ ਤੱਕ ਜਾਂਦੀ ਹੈ ਉਸ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਟਰਾਲੀਆਂ ਜਿਹੜੀਆਂ ਨੇ ਇਸ ਸਟੇਜ ਦੇ ਪਿੱਛੇ ਲੱਗੀਆਂ ਹੋਈਆਂ ਨੇ। ਤਾਂ ਇੱਥੇ ਸਟੇਜ ਦੇ ਉੱਤੇ ਜਿਹੜਾ ਵੈ ਜਗਜੀਤ ਸਿੰਘ ਡੱਲੇਵਾਲ ਜਾਂ ਸਰਵਨ ਪੰਦੇਰ ਹੋਰੀ ਅੱਗੇ ਕੀ ਰਣਨੀਤੀ ਕਰਨੀ ਹੈ ਉਹ ਇੱਥੇ ਸੰਬੋਧਿਤ ਕਰਦੇ ਨੇ। ਤਾਂ ਇੱਥੇ ਜਿਹੜੇ ਹੁਣ ਉਹਨਾਂ ਦੀ ਜਥੇਬੰਦੀਆਂ ਦੇ ਲੋਕ ਵੀ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਉਹਨਾਂ ਦਾ ਕੀ ਕਹਿਣਾ ਸੁਪਰੀਮ ਕੋਰਟ ਦੀ ਟਿੱਪਣੀ ਬਾਰੇ। ਔਰ ਦੂਸਰਾ ਵੀ ਹੈ, ਪੰਦੇਰ ਹੋਰੀ ਕਹਿ ਰਹੇ ਸੀਗੇ ਕਿ ਓਫੀਸ਼ੀਅਲ ਸਾਡੇ ਕੋਲ ਅਜੇ ਸੁਪਰੀਮ ਕੋਰਟ ਦੀ ਟਿੱਪਣੀ ਨਹੀਂ ਆਈ ਹੈ, ਜੋ ਮੀਡੀਆ 'ਚ ਖਬਰਾਂ ਅਸੀਂ ਚਾਹੁੰਦੇ ਹਾਂ ਰਸਤਾ ਖੁੱਲ੍ਹੇ, ਇਹ ਪੰਦੇਰ ਹੋਰੀ ਕਹਿ ਰਹੇ ਸੀ, ਲੇਕਿਨ ਹਰਿਆਣਾ ਦੇ ਵੱਲੋਂ ਰਸਤਾ ਬੰਦ ਕੀਤਾ ਹੋਇਆ, ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ, ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਤਾਂ ਇਹ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਹੈ ਇਹ ਕੋਈ ਪਾਰਕਿੰਗ ਨਹੀਂ ਹੈ, ਇਹ ਨੈਸ਼ਨਲ ਹਾਈਵੇ ਹੈ ਔਰ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਗਈਆਂ। ਪੰਦੇਰ ਹੋਰਾਂ ਦੀ ਜਥੇਬੰਦੀ ਗੱਲਬਾਤ ਕਰ ਲੈਂਦੇ ਹਾਂ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਸੁਪਰੀਮ ਕੋਰਟ ਦੀ ਆਈ ਟਿੱਪਣੀ, ਉਹਨਾਂ ਨੇ ਕਿਹਾ ਕਿ ਰਸਤਾ ਮਹਿਲਾਵਾਂ ਲਈ, ਬਜ਼ੁਰਗਾਂ ਲਈ, ਵਿਦਿਆਰਥੀਆਂ ਲਈ ਖੁੱਲ੍ਹਣਾ ਚਾਹੀਦਾ ਵੈ। ਪੰਦੇਰ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿੰਦੇ ਅਸੀਂ ਵੀ ਚਾਹੁੰਦੇ ਹਾਂ ਕਿ ਰਸਤਾ ਖੁੱਲ੍ਹੇ ਔਰ ਅਸੀਂ ਅੱਗੇ ਜਾਈਏ। ਉਹ ਗੌਰਮੈਂਟ ਨੇ ਬੰਦ ਕੀਤਾ, ਅਸੀਂ ਥੋੜਾ ਕੀਤਾ,
ਕਿਸਾਨਾਂ ਥੋੜਾ ਬੰਦ ਕੀਤਾ, ਉਹਨਾਂ ਦਾ ਕੀਤਾ ਬੰਦ, ਉਹ ਕਰ ਲੈਣ, ਖੋਲ ਲੈਣ, ਦਿੱਲੀ ਜਾਣਾ ਚਾਹੁੰਦੇ, ਦਿੱਲੀ ਸਾਨੂੰ ਦਿੱਲੀ ਭੇਜ ਦੇਣ, ਅਸੀਂ ਉੱਥੇ ਜਾ ਕੇ ਆਪਦੀ ਜਿਹੜੀ ਹੈਗਾ ਦੁੱਖਦਰਦ ਸਾਡੀ ਰਾਜਧਾਨੀ ਆ ਉਹ ਅਸੀਂ ਉਹਨੂੰ ਦੱਸਣ ਚਾਹੁੰਦੇ ਹਾਂ ਸਰਕਾਰ ਨੂੰ। ਦੂਜਾ ਵੀ ਕਿਹਾ ਕਿ ਜਦੋਂ ਤੱਕ ਪੂਰਾ ਰਸਤਾ ਨਹੀਂ ਖੁੱਲਦਾ ਮਹਿਲਾਵਾਂ ਲਈ, ਬਜ਼ੁਰਗਾਂ ਲਈ ਜਿਹੜਾ ਵੈ ਉਹ ਥੋੜਾ ਜਿਹਾ ਰਾਹ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਕਿ ਐਮਰਜੈਂਸੀ ਸੇਵਾਵਾਂ ਜਾਂ ਬਜ਼ੁਰਗ ਜੇ ਵਿਦਿਆਰਥੀ ਪੜ੍ਹਨਾ ਚਾਹੁੰਦੇ ਨੇ ਇੱਧਰ ਉੱਧਰ ਜਾਣਾ ਚਾਹੁੰਦੇ ਉਹਨਾਂ ਲਈ ਰਸਤਾ ਖੋਲ ਦਿੱਤਾ। ਕਿਸਾਨ ਕਿੱਥੇ ਕਿਸੇ ਨੂੰ ਦੁਖੀ ਕਰਨਾ ਚਾਹੁੰਦਾ, ਕਿਸਾਨ ਕੋਈ ਵੀ ਕਿਸਾਨ ਕੋਈ ਨਹੀਂ ਆਪਦੇ ਭੈਣ ਭਰਾ ਨੂੰ ਖੁਸ਼, ਅਸੀਂ ਤਾਂ ਉਹਨਾਂ ਦੇ ਸੁੱਖਾਂ ਵਾਸਤੇ ਬੈਠੇ ਹਾਂ ਕਿ ਸਾਡਾ ਉਹਨਾਂ ਨੂੰ ਗਮੀ ਨਾ ਆਵੇ, ਉਹਨਾਂ ਦੀਆਂ ਖੁਸ਼ੀਆਂ ਵਾਸਤੇ ਬੈਠੇ ਹਾਂ, ਉਹਨਾਂ ਨੂੰ ਅਸੀਂ ਤੰਗ ਕਰਨ ਵਾਸਤੇ ਨਹੀਂ ਬੈਠੇ ਸਾਡੇ ਭੈਣ ਭਰਾ ਨੂੰ। ਸਾਡੇ ਬੱਚੇ ਵੀ ਹੈਗੇ ਆ, ਸਾਡੇ ਬੱਚੇ ਵੀ ਵਿਦਿਆਰਥੀ ਆ, ਸਾਡੇ ਬੱਚੇ ਬਿਮਾਰ ਹੁੰਦੇ ਆ, ਅਸੀਂ ਵੀ ਜਾਣਾ ਆਉਣਾ ਹੁੰਦਾ, ਸਾਨੂੰ ਵੀ ਦੁੱਖ ਤਕਲੀਫ ਹਰਿਆਣੇ ਸਾਡੀ ਵੀ ਆਉਣੀ ਜਾਣੀਆਂ, ਦਿੱਲੀ ਚ ਅਸੀਂ ਵੀ ਜਾਂਦੇ ਹਾਂ, ਕਿੱਡਾ ਵੱਡਾ ਹਾਈਵੇ ਆ, ਸਰਕਾਰਾਂ ਨੂੰ ਚਾਹੀਦਾ ਵੀ ਏਡਾ ਵੱਡਾ ਹਾਈਵੇ ਬੰਦ ਕੀਤਾ ਕਿਉਂ ਕੀਤਾ, ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜੇ ਸਾਡੀ ਕੋਈ ਮੰਗ ਆ ਅਸੀਂ ਕਿਹੜਾ ਕੋਈ ਵਿਰੋਧੀ ਆ। ਹੁਣ ਕਿੰਨਾ ਕੁ ਕਿਸਾਨ ਬੈਠਾ ਔਰ ਕਿੰਨੀ ਅੱਗੇ ਤੱਕ ਟਰੈਕਟਰ ਟਰਾਲੀਆਂ ਕਿੰਨੀਆਂ ਕੁ ਲੱਗੀਆਂ ਹੋਈਆਂ? ਇਹ 4 ਕਿਲੋਮੀਟਰ ਦਾ ਜੀ ਸ਼ੰਭੂ ਦੇ ਵਿੱਚ। ਹਾਂ ਇਹ ਹੁਣ ਜਿਵੇਂ ਜਿਵੇਂ ਥੋੜਾ ਜਿਹਾ ਹੁਣ ਕੰਮ ਦੀ ਰੁੱਤ ਸੀਗੀ, ਕੰਮ ਰੁੱਤ ਸਾਡੀ ਹੋ ਗਈ, ਜ਼ਿਮੀਂਦਾਰ ਕੁਛ ਰੈਲੇ ਹੋ ਗਏ, ਉਸ ਤੋਂ ਬਾਅਦ ਇੱਥੇ ਅੰਦੋਲਨ ਵਧਣਾ ਹੀ ਵਧਣਾ। ਟਰੈਕਟਰ ਟਰਾਲੀਆਂ ਕਿੰਨੀਆਂ ਕੁ ਨੇ? ਇਹਦੀ ਗਿਣਤੀ ਦਾ ਕੋਈ ਹੈ ਨੀ, 4 ਕਿਲੋਮੀਟਰ ਦੇ ਵਿੱਚ 4000 ਹੁਣ ਜਿਹੜਾ ਉਹਨਾਂ ਸੁਪਰੀਮ ਕੋਰਟ ਕਹਿ ਰਿਹਾ ਕਿ ਥੋੜਾ ਜਿਹਾ ਰਾਹ ਖੋਲ ਦਿੱਤਾ ਜਾਵੇ ਤਾਂ ਕਿ ਬਜ਼ੁਰਗਾਂ ਨੂੰ ਆਣਾ ਜਾਣਾ ਹੋਵੇ ਜਾਂ ਮਹਿਲਾਵਾਂ ਲਈ ਜਾਂ ਸਟੂਡੈਂਟ ਲਈ, ਉਹ ਖੁੱਲਣਾ ਚਾਹੀਦਾ ਜਾਂ ਤੁਹਾਨੂੰ ਕੀ ਲੱਗਦਾ ਜਾਂ ਜਥੇਬੰਦੀਆਂ ਦੇ ਪ੍ਰਧਾਨ ਤੈਅ ਕਰਦੇ ਨੇ? ਨਹੀਂ ਖੋਲਣਾ ਚਾਹੀਦਾ, ਸਾਰੇ ਖੋਲਦੇ ਸਾਡੇ ਨੂੰ ਤਾਂ, ਇਹ ਤਾਂ ਕਹਿੰਦੇ ਸਾਰੇ ਖੋਲਣਾ, ਸਾਰਿਆਂ ਨੂੰ ਨੰਗਾ ਦੇਣਾ, ਅਸੀਂ ਕਹਿੰਦਾ ਉੱਤੀ ਵੀ ਉਹਨਾਂ ਨੂੰ ਵੀ ਨੰਗਾ, ਸਾਨੂੰ ਨੰਗਾ ਦੇਣਾ, ਕਿਸੇ ਨੂੰ ਰੋਕਣਾ, ਹਾਈਵੇ ਦਾ ਰੋਕਣਾ ਨਹੀਂ ਚਾਹੀਦਾ, ਸਾਰਾ ਖੋਲਣਾ ਚਾਹੀਦਾ। ਕਿਉਂਕਿ ਸੁਪਰੀਮ ਕੋਰਟ ਨੇ ਅਜੇ ਵੀ ਕਿਹਾ ਕਹਿੰਦੇ ਕੋਈ ਪਾਰਕਿੰਗ ਨਹੀਂ ਹੈ ਕਿ ਪਾਰਕਿੰਗ ਬਣਾਇਆ ਹੋਇਆ, ਨੋ ਇਹ ਨੈਸ਼ਨਲ ਹਾਈਵੇ, ਉਹ ਆਏ ਸਾਡੇ ਵੱਲ ਝਾਕ ਰਹੇ ਆ, ਸਾਨੂੰ ਐ ਲੱਗਦੇ ਹੁੰਦੇ ਵੀ ਜਿਵੇਂ ਸਾਡੇ ਦੁਸ਼ਮਣ ਹੁੰਦੇ ਆ ਉਹ, ਹੈ ਤਾਂ ਸਾਡੇ ਉਹ ਭਾਈ, ਅਸੀਂ ਡਰਦੇ ਜਾਂਦੇ ਨਹੀਂ, ਸਾਡੀ ਸਰਕਾਰ ਨੇ ਵੀ ਕਿਹਾ, ਸਾਡੇ ਬੰਦਿਆਂ ਨੇ ਵੀ ਕਿਹਾ ਵੀ ਤੁਸੀਂ ਭਾਈ ਰਸਤੇ ਤੋਂ ਕਾਹ ਨਹੀਂ ਜਾਣਾ, ਤੂੰ ਕਿਹੜਾ ਕੋਈ ਉਪਰੇ ਆ, ਅਸੀਂ ਭਾਵੇਂ ਚਾਹ ਪਾਣੀ ਪਿਆਈਏ, ਠੀਕ ਹੈ ਕਿ ਨਹੀਂ, ਜਿੱਦਾਂ ਉਪਰੇ ਹੋਣ ਆਪਾਂ ਨੂੰ, ਇੱਕ ਦੇਸ਼ ਦੇ ਵਾਸੀ ਆ ਆਪਾਂ, ਇੱਕ ਦੇਸ਼ ਲਈ ਵਰਦੇ ਹੋਊ, ਉਹ ਵੀ ਦੇਸ਼ ਲਈ ਵਰਦੇ, ਅਸੀਂ ਵੀ ਦੇਸ਼ ਲਈ ਵਰਦੇ ਹਾਂ, ਇਹੀ ਸਾਡੀ ਪੰਜਾਬ ਕਿਹੜਾ ਬਾਈ ਵੱਖਰਾ, ਇਹ ਤਾਂ ਆਪਦੇ ਹੀ ਆ ਇਹ ਸਾਰੇ, ਇਹ ਤਾਂ ਇਹਨਾਂ ਨੇ ਆਪਣੇ ਫਰਕ ਪਾਇਆ, ਉਹ ਵੀ ਤਾਂ ਆਪਦੇ ਹੀ ਕਿਸਾਨ, ਇਹ ਕਹਿ ਰਹੇ ਹਰਿਆਣਾ ਸਰਕਾਰ ਸਾਰਾ ਖੋਲਦੇ ਅਸੀਂ ਅੱਗੇ ਜਾਈਏ, ਹਾਂਜੀ ਹਾਂਜੀ ਅਸੀਂ ਇਹੀ ਚਾਹੁੰਦੇ ਹਾਂ, ਜਾਂ ਸਾਡਾ ਇਨਸਾਫ਼ ਕਰ ਦੇਣ, ਸਾਡਾ ਜਿਹੜੇ ਮੰਗਾਂ ਹੈਗੀਆਂ ਸਾਡੀਆਂ ਜਥੇਬੰਦੀਆਂ ਦੀਆਂ, ਉਹ ਆਪਣੀਆਂ ਮੰਗਾਂ ਕੋਲ ਜਥੇਬੰਦੀ ਦਾ ਥੋੜੋ ਆ, ਉਸ ਹਰੇਕ ਥਾਂ ਹਰੇਕ ਸੂਬੇ ਚ ਕਿਸਾਨ ਬੈਠਾ, ਹਰੇਕ ਖੁਸ਼ ਹੋਣਾ ਚਾਹੁੰਦਾ, ਜੋ ਤੁਸੀਂ ਅੱਜ ਜੋਬ ਕਰਦੇ ਆ ਤੇ ਜੋਬ ਤੁਹਾਨੂੰ ਤਨਖਾਹ ਨਾ ਮਿਲੂਗੀ, ਤੁਸੀਂ ਅਖੀਰ ਨੂੰ ਅੰਤ ਨੂੰ ਧਰਨਾ ਹੀ ਲਾਓਗੇ ਜਾਂ ਕੋਈ ਵਿਰੋਧ ਕਰੋਗੇ ਜਾਂ ਕਿਸੇ ਨੂੰ ਲੈ ਕੇ ਮਿਲੋਗੇ, ਇਹੀ ਹੱਲ ਆ, ਹੋਰ ਤਾਂ ਕੋਈ ਹੱਲ ਨਹੀਂ। ਮੈਂ ਦੇਖਿਆ ਪੱਕੇ ਜਿਵੇਂ ਘਰ ਹੁੰਦੇ ਉਸੇ ਤਰੀਕੇ ਨਾਲ ਮਾਹੌਲ ਬਣਾਇਆ, ਕੱਪੜੇ ਸੁੱਕਣੇ ਜਾਂ ਖਾਣਾ ਪੀਣਾ, ਇਹ ਘਰ ਵਾਲਾ ਮਾਹੌਲ ਬਣਾਇਆ, ਹੈ ਤਾਂ ਅਸੀਂ ਇਨਸਾਨ ਹੀ ਹੈ ਨਾ, ਅਸੀਂ ਰਹਿਣਾ ਤਾਂ ਆਪਦੇ ਘਰਾਂ ਦੇ ਵਿੱਚ ਜਿਵੇਂ ਰਹਿੰਦੇ, ਰਹਿਣਾ ਤਾਂ ਅਸੀਂ ਉਵੇਂ ਚਾਹੁੰਦੇ ਨਾ, ਗਰਮੀ ਸਾਨੂੰ ਵੀ ਆਉਂਦੀ ਹੈ, ਸਾਨੂੰ ਸਰਦੀ ਵੀ ਲੱਗਦੀ ਆ, ਸਾਡੀ ਮਜਬੂਰੀ ਆ, ਸਾਨੂੰ ਇੱਥੇ ਮਜਬੂਰ ਕਰਕੇ ਸਾਨੂੰ ਕੈਦੀ ਕੀਤਾ ਹੋਇਆ, ਸੁਖਜਿੰਦਰ ਨੂੰ ਕਹੂੰਗਾ ਅੱਗੇ ਦੀ ਤਸਵੀਰ ਦਿਖਾਣ, ਜਿਵੇਂ ਟਰੈਕਟਰ ਟਰਾਲੀਆਂ ਲੰਮੇ ਸਮੇਂ ਤੋਂ ਲੱਗੀਆਂ ਹੋਈਆਂ ਨੇ ਔਰ ਕਹਿ ਰਹੇ ਨੇ 4 ਕਿਲੋਮੀਟਰ ਦੇ ਗੇਟ ਦੇ ਵਿੱਚ, ਤਾਂ ਇੱਥੋਂ ਦੀ ਪੰਜਾਬ ਕਿਉਂਕਿ ਖਤਮ ਹੁੰਦਾ ਹੈ ਜਾਂ ਇੱਥੋਂ ਪੰਜਾਬ ਸ਼ੁਰੂ ਹੁੰਦਾ ਵਾ ਅੱਗੇ ਹਰਿਆਣਾ ਆ ਜਾਂਦਾ, ਤਾਂ ਇੱਥੇ ਜਿਹੜੇ ਟਰੈਕਟਰ ਟਰਾਲੀਆਂ ਪੱਕੇ ਤੌਰ ਤੇ ਲੱਗੀਆਂ ਹੋਈਆਂ ਨੇ, ਕੂਲਰ ਲੱਗੇ ਹੋਏ ਨੇ, ਇੱਥੇ ਬੈਠੇ ਹੋਏ ਨੇ, ਤਾਂ ਇਹ ਤਸਵੀਰ ਜਿਹੜੀ ਆ ਉਹ ਦਿਖਾ ਰਹੇ ਹਾਂ, ਸਟੇਜ ਹੈ, ਸਟੇਜ ਦੇ ਬੈਕ ਸਾਈਡ ਦੀ ਤਸਵੀਰ ਅਸੀਂ ਦਿਖਾਵਾਂਗੇ ਕਿ ਇਸ ਵੇਲੇ ਸ਼ੰਭੂ ਬਾਰਡਰ ਦੀ ਜਿਹੜੀ ਤਸਵੀਰ ਹੈ, ਕਿਉਂਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਕਿਸਾਨ ਤਾਂ ਕਹਿ ਰਹੇ ਕਿ ਅਸੀਂ ਤਾਂ ਤਿਆਰ ਬੈਠੇ ਹਾਂ, ਰਸਤਾ ਖੋਲੋ ਅਸੀਂ ਅੱਗੇ ਜਾਈਏ, ਅਸੀਂ ਤਾਂ ਇੱਥੇ ਬਹਿਣਾ ਹੀ ਨਹੀਂ ਚਾਹੁੰਦੇ, ਸਾਡੀ ਤਾਂ ਇਹ ਮੰਜ਼ਲ ਹੀ ਨਹੀਂ ਹੈ, ਸਾਨੂੰ ਤਾਂ ਰੋਕਿਆ ਗਿਆ, ਕੈਦੀ ਬਣਾਇਆ ਗਿਆ ਔਰ ਇਸ ਕਰਕੇ ਸਾਨੂੰ ਇੱਥੇ ਮਜਬੂਰੀ ਚ ਬਹਿਣਾ ਪਿਆ ਵੈ, ਇਸ ਗੱਲ ਦਾ ਜ਼ਿਕਰ ਕਰ ਰਹੇ ਨੇ, ਤਾਂ ਇਹ ਤਸਵੀਰ ਹੈ, ਦੇਖੋ ਕਿ ਪੱਕੇ ਤੌਰ ਤੇ ਜਿਵੇਂ ਖੇਤਾਂ ਚ ਘਰ ਪਾਏ ਹੁੰਦੇ ਨੇ ਉਸੇ ਤਰੀਕੇ ਨਾਲ ਘਰ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਉੱਤੇ ਪਾਏ ਹੋਏ ਨੇ, ਝੰਡੇ ਲੱਗੇ ਨੇ, ਕਿਸਾਨੀ ਦੇ ਝੰਡੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ
ਇੱਥੇ ਪੱਕੇ ਤੌਰ ਤੇ ਟਰੈਕਟਰ ਟਰਾਲੀਆਂ ਲਗਾਈਆਂ ਹੋਈਆਂ ਨੇ, ਉੱਪਰ ਜਿਹੜੀਆਂ ਤਰਪੈਲਾਂ ਲਗਾਈਆਂ ਹੋਈਆਂ ਨੇ, ਔਰ ਕਿਸਾਨਾਂ ਦਾ ਇਹ ਕਹਿਣਾ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਅੱਗੇ ਜਾਣਾ ਚਾਹੁੰਦੇ ਹਾਂ, ਲੇਕਿਨ ਹਰਿਆਣਾ ਦੇ ਵੱਲੋਂ ਸਾਨੂੰ ਰੋਕਿਆ ਗਿਆ ਤਾਂ ਮਜਬੂਰੀ ਦੇ ਵਿੱਚ ਇੱਥੇ ਬਹਿਣਾ ਪਿਆ ਵਾ। ਤਾਂ ਟਰੈਕਟਰ ਟਰਾਲੀਆਂ ਨੂੰ ਆਪਣਾ ਘਰ ਬਣਾਇਆ ਹੋਇਆ ਔਰ ਇੱਥੇ ਪੱਕੇ ਤੌਰ ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ। ਨੈਸ਼ਨਲ ਹਾਈਵੇ ਦੀ ਤਸਵੀਰ ਹੈ, ਨੈਸ਼ਨਲ ਹਾਈਵੇ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ, ਦਿੱਲੀ ਤੋਂ ਅੰਮ੍ਰਿਤਸਰ ਜਾਂਦਾ, ਇੱਕ ਪਾਸੇ ਦੀ ਤਸਵੀਰ ਹੈ। ਦੂਜੇ ਪਾਸੇ ਵੀ ਇਸੇ ਤਰੀਕੇ ਦੀ ਤਸਵੀਰ ਜਿਹੜੀ ਹੈ ਰੋਡ ਦੇ ਉਸ ਪਾਰ ਵੀ ਤੁਹਾਨੂੰ ਜਿਹੜੀ ਨਜ਼ਰ ਆਏਗੀ। ਤਾਂ ਇਸ ਵੇਲੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਇੱਕ ਤਾਂ ਆਫੀਸ਼ੀਅਲ ਇਨਪੁਟ ਆ ਜੇ, ਜਾਣਕਾਰੀ ਮਿਲ ਜੇ, ਔਰ ਉਸ ਤੋਂ ਬਾਅਦ ਅੱਗੇ ਦੇਖਾਂਗੇ। ਸਾਡੀ ਤਿਆਰੀ 15 ਅਗਸਤ ਦੀ ਹੈ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਰਸਤਾ ਖੁੱਲੇ, ਅੱਗੇ ਵਧੀਏ, ਅੱਗੇ ਜਾਈਏ। ਸਾਡੀਆਂ ਮੰਗਾਂ ਦੇ ਲਈ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ, ਦੇਸ਼ ਦੀ ਰਾਜਧਾਨੀ, ਲੇਕਿਨ ਇੱਥੇ ਰੋਕ ਦਿੱਤਾ ਗਿਆ ਤਾਂ ਸਾਨੂੰ ਇੱਥੇ ਰੁਕਣਾ ਪਿਆ ਵੈ। 13 ਫਰਵਰੀ ਤੋਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਿਹੜੇ ਨੇ ਸ਼ੰਭੂ ਬਾਰਡਰ ਤੇ ਨੈਸ਼ਨਲ ਹਾਈਵੇ ਦੇ ਉੱਤੇ ਬੈਠੇ ਹੋਏ ਨੇ, ਕਿਉਂਕਿ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਲਗਾ ਦਿੱਤੀ। ਇਸ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ, ਕਿਉਂਕਿ ਦਿੱਲੀ ਕਿਸਾਨ ਜਾਣਾ ਚਾਹੁੰਦੇ ਸੀਗੇ, ਲੇਕਿਨ ਇੱਥੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ। ਸੁਪਰੀਮ ਕੋਰਟ ਮਸਲਾ ਪਹੁੰਚਿਆ। ਸੁਪਰੀਮ ਕੋਰਟ ਨੇ ਇਸ ਵੇਲੇ ਕਿਹਾ ਕਿ ਇੱਕ ਤਾਂ ਬਜ਼ੁਰਗਾਂ ਲਈ, ਮਹਿਲਾਵਾਂ ਲਈ ਰਸਤਾ ਖੋਲਿਆ ਜਾਵੇ, ਵਿਦਿਆਰਥੀਆਂ ਲਈ ਰਸਤਾ ਖੋਲਣਾ ਚਾਹੀਦਾ। ਕਿਸਾਨ ਜਥੇਬੰਦੀਆਂ ਦੇ ਆਗੂ ਵੀ ਬੈਠੇ ਨੇ, ਕਿਸਾਨ ਵੀ ਨੇ, ਗੱਲਬਾਤ ਉਹਨਾਂ ਨਾਲ ਕਰ ਲੈਂਦੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ? ਸਤਿ ਸ੍ਰੀ ਅਕਾਲ। ਲੰਮੇ ਸਮੇਂ ਤੋਂ ਬੈਠੇ ਹੋਏ ਹੋ ਤੁਸੀਂ ਨੈਸ਼ਨਲ ਹਾਈਵੇ ਦੇ ਉੱਤੇ, ਮਸਲਾ ਸੁਪਰੀਮ ਕੋਰਟ ਵੀ ਪਹੁੰਚਿਆ, ਗੱਲਬਾਤ ਪਾਰਲੀਮੈਂਟ ਦੇ ਵਿੱਚ ਵੀ ਉੱਠੀ ਹੈ। ਹੁਣ ਸੁਪਰੀਮ ਕੋਰਟ ਦੀਆਂ ਜਿਹੜੀਆਂ ਨਵੀਆਂ ਟਿੱਪਣੀਆਂ ਆਈਆਂ ਤੁਸੀਂ ਸੁਣੀਆਂ ਹੋਣੀਆਂ, ਉਸ ਵਿੱਚ ਜ਼ਿਕਰ ਹੋਇਆ ਕਿ ਇੱਕ ਤਾਂ ਐਮਰਜੈਂਸੀ ਸੇਵਾਵਾਂ ਲਈ ਰਸਤਾ ਖੁੱਲ੍ਹਣਾ ਚਾਹੀਦਾ, ਬਜ਼ੁਰਗ ਮਹਿਲਾਵਾਂ ਲਈ ਹੋਣਾ ਚਾਹੀਦਾ, ਇਹ ਪਾਰਕਿੰਗ ਵਾਲਾ ਮਾਹੌਲ ਨੈਸ਼ਨਲ ਹਾਈਵੇ ਤੇ ਨਹੀਂ ਹੋਣਾ ਚਾਹੀਦਾ। ਦੇਖੋ, 13 ਫਰਵਰੀ ਤੋਂ ਅਸੀਂ ਇੱਥੇ ਬੈਠੇ ਹਾਂ, ਉਦੋਂ ਤੋਂ ਲੈ ਕੇ ਲਗਾਤਾਰ ਅਸੀਂ 13 ਫਰਵਰੀ ਨੂੰ ਇੱਥੇ ਆਏ ਹਾਂ, ਪਰ ਜਿਹੜਾ ਰਸਤਾ ਖਨੌਰੀ ਤੇ ਸ਼ੰਭੂ ਤੇ ਇਹ 6 ਫਰਵਰੀ ਨੂੰ ਇਹਨਾਂ ਨੇ ਬੰਦ ਕਰਤਾ ਸੀਗਾ। ਇਸ ਤੋਂ ਇਲਾਵਾ ਅਗਲੇ ਬੰਨੇ ਸਿੰਘੂ ਤੇ ਵੀ ਹੋਰ ਥਾਵਾਂ ਤੇ ਵੀ ਇਹਨਾਂ ਨੇ ਉਦੋਂ ਬੈਰੀਕੇਡ ਲਾਏ ਸੀ। ਮੇਰਾ ਖਿਆਲ ਆ ਵੀ ਸੁਪਰੀਮ ਕੋਰਟ ਨੂੰ ਤੇ ਹਾਈ ਕੋਰਟ ਨੂੰ ਉਦੋਂ ਜਦੋਂ ਪਟੀਸ਼ਨਾਂ ਪਈਆਂ ਸੀ ਉਦੋਂ ਹੀ ਇੱਥੇ ਫੈਸਲਾ ਲੈ ਲੈਣਾ ਚਾਹੀਦਾ ਸੀ, ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦਾ, ਸਾਡੇ ਬਾਕੀ ਜਿਹੜੀਆਂ ਸਟੇਟਾਂ ਉਹਨਾਂ ਤੋਂ ਜਾਂ ਦੇਸ਼ ਦਾ ਆਰਥਿਕ ਜਿਹੜਾ ਨੁਕਸਾਨ ਹੋ ਰਿਹਾ, ਵਪਾਰੀਆਂ ਦਾ ਹੋ ਰਿਹਾ, ਇਹ ਮੇਰਾ ਖਿਆਲ ਆ ਵੀ ਫੈਸਲਾ ਚਲੋ ਆਇਆ, ਦਰੁਸਤ ਆਇਆ, ਪਰ ਇਹ ਅੱਜ ਤੋਂ 5.5-6 ਮਹੀਨੇ ਪਹਿਲਾਂ ਆ ਜਾਣਾ ਚਾਹੀਦਾ ਸੀਗਾ, ਤਾਂ ਕਿ ਦੇਖੋ ਕੋਈ ਇੱਥੇ ਵਾਇਲੈਂਸ ਨਹੀਂ, ਸ਼ਾਂਤਮਈ ਤਰੀਕੇ ਨਾਲ ਸਾਰੇ ਉਦੋਂ ਤੋਂ 6 ਮਹੀਨੇ ਤੋਂ ਲਗਾਤਾਰ ਇੱਥੇ ਬੈਠੇ ਆ। ਤੇ ਠੀਕ ਆ, ਜੋ ਉਹਨਾਂ ਨੇ ਆਦੇਸ਼ ਦਿੱਤੇ ਆ ਸਰਕਾਰ ਨੂੰ, ਮੇਰਾ ਖਿਆਲ ਆ ਵੀ ਸਰਕਾਰ ਨੂੰ ਜਿੱਦਾਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤੇ ਸੀ ਵੀ ਰਸਤਾ ਖੋਲ ਦੇਵੇ, ਉਦਾਂ ਹੀ ਖੋਲ ਦੇਣਾ ਚਾਹੀਦਾ ਸੀਗਾ। ਕਿਉਂਕਿ 1 ਮਿੰਟ ਜੇ ਅਸੀਂ ਸਾਡੀਆਂ ਅਦਾਲਤਾਂ, ਅਸੀਂ ਕਹਿੰਦੇ ਵੀ ਸਾਡੀ ਜਿਹੜੀ ਨਿਆਂਪਾਲਿਕਾ ਉਹ ਜਿਹੜੇ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਕਰਦੀ ਹੈ ਜਾਂ ਸਰਕਾਰਾਂ ਦੇ ਜੋ ਕੁਛ ਵੀ ਮਰਜ਼ੀ ਆ, ਮਤਲਬ ਉਦੇ ਸਰਕਾਰ ਨੂੰ ਇੱਕ ਮੈਸੇਜ ਦੇ ਦੇਣਾ ਚਾਹੀਦਾ ਸੀਗਾ ਵੀ ਰਸਤਾ ਖੁੱਲੇਗਾ। ਹਾਈ ਕੋਰਟ ਨੇ ਜਿੱਦਾਂ ਐਲਾਨ ਕੀਤਾ ਉਦੇ ਸਰਕਾਰ ਨੂੰ ਰਸਤਾ ਖੋਲ ਦੇਣਾ ਚਾਹੀਦਾ ਸੀ, ਤਾਂ ਕਿ ਲੋਕਾਂ ਦੇ ਵਿੱਚ ਮੈਸੇਜ ਜਾਵੇ ਭਾਈ ਵੀ ਅਸੀਂ ਵੀ ਨਿਆਂਪਾਲਿਕਾ ਦੇ ਆਦੇਸ਼ ਦੀ ਪਾਲਣਾ ਕੀਤੀ ਆ ਤੇ ਲੋਕ ਵੀ ਕਰਨ। ਰਸਤਾ ਖੁੱਲੇਗਾ, ਤੁਸੀਂ ਇੱਥੇ ਬੈਠੇ ਰਹੋਗੇ, ਜੇਕਰ ਬਜ਼ੁਰਗਾਂ ਲਈ, ਮਹਿਲਾਵਾਂ ਲਈ ਜਾਂ ਐਮਰਜੈਂਸੀ ਸੇਵਾਵਾਂ ਲਈ ਖੁੱਲ ਜਾਂਦਾ ਤਾਂ ਫਿਰ ਤੁਸੀਂ ਇੱਥੇ ਇੱਕ ਸਾਈਡ ਤੇ ਬੈਠੋਗੇ, ਉਹਨਾਂ ਲਈ ਆਵਾਜਾਈ ਸ਼ੁਰੂ ਹੋ ਸਕਦੀ ਹੈ? ਦੇਖੋ, ਇਹ ਅਸੀਂ ਦੋ ਫੋਰਮਾਂ ਦੀ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ। ਅਸੀਂ ਤਾਂ ਉਦੇ ਵੀ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਜਦੋਂ ਦਿੱਲੀ ਜਾਣ ਵਾਸਤੇ ਸਾਨੂੰ ਰੋਕਿਆ ਗਿਆ ਨਾ ਇੱਥੇ ਰਸਤਾ ਬੰਦ ਕਰਕੇ। ਇਹਦੇ ਵਿੱਚ ਅਗਲਾ ਫੈਸਲਾ ਜੋ ਵੀ ਇਹ ਮੀਟਿੰਗ ਦੇ ਵਿੱਚ ਲਵਾਂਗੇ, ਸਾਡਾ ਜਿਹੜਾ ਮੇਨ ਆ ਉਹ ਅਜੇ ਵੀ ਦਿੱਲੀ ਆ, ਉੱਥੇ ਜਾ ਕੇ ਆਪਦੀਆਂ ਮੰਗਾਂ ਦਾ ਜਿਹੜਾ ਅਸੀਂ ਉਹਨਾਂ ਦੇ ਅੱਗੇ ਰੱਖਣੀਆਂ, ਪ੍ਰਦਰਸ਼ਨ ਕਰਨਾ। ਸੁਪਰੀਮ ਕੋਰਟ ਨੇ ਵੀ ਕਿਹਾ, ਕਹਿੰਦੇ ਇਹ ਪਾਰਕਿੰਗ ਨਹੀਂ ਬਣਾਉਣੀ ਚਾਹੀਦੀ, ਇਹ ਨੈਸ਼ਨਲ ਹਾਈਵੇ ਆ। ਨਹੀਂ, ਪਾਰਕਿੰਗ ਕਿਹਨੇ ਬਣਾਈ ਆ? ਪਾਰਕਿੰਗ ਤਾਂ ਪੁਲਿਸ ਨੇ ਬਣਾਈ ਆ ਨਾ, ਅਸੀਂ ਤਾਂ ਇੱਥੇ ਅਸੀਂ ਤਾਂ ਕਹਿੰਦੇ ਸੀ ਸਾਨੂੰ ਉੱਥੇ ਦੇ ਦਿਓ, ਉੱਥਾਂ ਜੰਤਰ ਮੰਤਰ ਚ ਦੇ ਦਿਓ, ਰਾਮਲੀਲਾ ਗਰਾਊਂਡ ਦੇ ਵਿੱਚ ਦੇ ਦਿਓ, ਪਾਰਕਿੰਗ ਬਣਦੀ ਨੀਗੀ।
ਇਹ ਹੁਣ ਸਰਕਾਰਾਂ ਨੇ ਬਣਾਈ ਹੈ ਨਾ, ਅਸੀਂ ਤਾਂ ਮਜਬੂਰ ਆ, ਸਾਨੂੰ ਜਿੱਥੇ ਰੋਕ ਲਿਆ ਅਸੀਂ ਬਹਿ ਗਏ, ਸਾਡਾ ਤਾਂ ਕੋਈ ਜ਼ੋਰ ਨਹੀਂ ਹੈਗਾ। ਸਰਕਾਰ ਕੋਲੇ ਤਾਕਤ ਆ, ਉਹਨਾਂ ਕੋਲੇ ਬੰਬ ਵੀ ਆ, ਉਹਨਾਂ ਕੋਲੇ ਅਥਰੂ ਗੈਸ ਵੀ ਆ, ਉਹਨਾਂ ਕੋਲੇ ਬੁਲਟ ਦੀਆਂ ਗੋਲੀਆਂ ਵੀ ਜਿਹੜੇ ਸਾਡੇ ਮਾਰਦੇ ਆ, ਤੇ ਅਸੀਂ ਹੁਣ ਕੀ ਕਰੀਏ ਫਿਰ? ਮੋਦੀ ਸਾਹਿਬ ਕੱਲ ਦੀਆਂ ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ, ਖੇਤਾਂ ਚ ਨਜ਼ਰ ਆ ਰਹੇ ਸੀ, ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਅੱਜ ਇੱਕ ਪੋਸਟ ਵੀ ਪਾਈ, ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਖੇਤੀਬਾੜੀ ਨਵੇਂ ਮੰਤਰੀ ਬਣੇ ਨੇ ਸ਼ਿਵਰਾਜ ਚੌਹਾਨ ਹੋਰੀ, ਉਹਨਾਂ ਦੇ ਆਰਟੀਕਲ ਦਾ ਜ਼ਿਕਰ ਕੀਤਾ ਔਰ ਕਿਹਾ ਕਿ ਕਿਸਾਨ ਤਾਂ ਖੁਸ਼ਹਾਲੀ ਵਾਲੇ ਪਾਸੇ ਹੈ, ਕੇਂਦਰ ਸਰਕਾਰ ਕੰਮ ਕਰ ਰਹੀ ਹੈ। ਚਲੋ ਇਉਂ ਕਰੋ, ਜਿਹੜੀਆਂ 2014 ਦੇ ਵਿੱਚ ਇਹਨਾਂ ਦਾ ਮੈਨੀਫੈਸਟੋ ਸੀ ਉਹੀ ਲਾਗੂ ਕਰ ਦੇਣ, ਉਦੋਂ ਕਹਿੰਦੇ ਸੀ ਅਸੀਂ ਸਵਾ ਮਹੀਨਾ ਸਿੰਘ ਰਿਪੋਰਟ ਲਾਗੂ ਕਰਾਂਗੇ, MSP ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ। ਅਸੀਂ ਕਹਿੰਦੇ ਉਹਦੇ ਕਿਸਾਨਾਂ ਦੇ ਨਾਲ ਤੁਰਨ ਫਿਰਨ ਨਾਲ ਕੁਛ ਨਹੀਂ ਹੋਣਾ, ਜਿਹੜਾ ਤੁਸੀਂ 2014 ਵਾਲਾ ਮੈਨੀਫੈਸਟੋ ਲਾਗੂ ਕਰ ਦਿਓ। ਹਰਿਆਣਾ ਦੇ ਇਲੈਕਸ਼ਨ ਵੀ ਆ ਰਹੇ ਹੈ, ਪੰਜਾਬ ਹਰਿਆਣਾ ਦੇ ਬਾਰਡਰ ਤੇ ਬੈਠੇ ਹੋ, ਇਹ ਵੀ ਤੁਹਾਨੂੰ ਲੱਗਦਾ ਪ੍ਰਭਾਵਿਤ ਹੋਣਗੇ? ਜਦੋਂ ਵਪਾਰੀ ਕਹਿ ਰਿਹਾ ਕਿ ਸਾਡਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਔਰ ਹਰਿਆਣੇ ਦੇ ਵਿੱਚ BJP ਦੀ ਸਰਕਾਰ ਹੈ, ਤਾਂ ਇਸ ਤਰੀਕੇ ਦਾ ਅੰਦੋਲਨ ਜਦੋਂ ਬਾਰਡਰ ਤੇ ਹੈ, ਕਿਸ ਤਰੀਕੇ ਦਾ ਮਾਹੌਲ ਹੋਏਗਾ? ਨਹੀਂ ਦੇਖੋ, ਜੇ ਸਰਕਾਰਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ, ਸਰਕਾਰਾਂ ਵਪਾਰੀ ਨੂੰ ਪ੍ਰਭਾਵਿਤ ਕਰਦੀਆਂ, ਤੇ ਵਪਾਰੀ ਤੇ ਜਿਹੜੇ ਲੋਕ ਆ ਜਾਂ ਕਿਸਾਨ ਮਜ਼ਦੂਰ ਆ, ਸਰਕਾਰ ਨੂੰ ਪ੍ਰਭਾਵਿਤ ਨਾ ਕਰਨਗੇ, ਉਹ ਵੀ ਕਰਨਗੇ, ਇਲੈਕਸ਼ਨ ਚ ਕਰਾਂਗੇ। ਠੀਕ ਹੈ, ਤਾਂ ਸ਼ੰਭੂ ਤੇ ਬੈਠੇ ਕਿਸਾਨ ਇਹ ਕਹਿ ਰਹੇ ਨੇ ਕਿ ਰਸਤਾ ਖੋਲੋ, ਅਸੀਂ ਤਾਂ ਚਾਹੁੰਦੇ ਹਾਂ ਰਸਤਾ ਖੁੱਲੇ ਔਰ ਅਸੀਂ ਅੱਗੇ ਦਿੱਲੀ ਜਾਈਏ, ਸਾਡੀ ਮੰਜ਼ਿਲ ਸ਼ੰਭੂ ਨਹੀਂ, ਸਾਡੀ ਮੰਜ਼ਿਲ ਦਿੱਲੀ ਹੈ, ਦਿੱਲੀ ਸਾਨੂੰ ਥਾਂ ਦਿੱਤੀ ਜਾਵੇ ਔਰ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ, ਜੋ ਵਾਅਦੇ ਉਹਨਾਂ ਨੇ ਮੈਨੀਫੈਸਟੋ 2014 ਦੇ ਵਿੱਚ ਕੀਤੇ ਸੀ ਉਹਨੂੰ ਹੀ ਲਾਗੂ ਕਰ ਦੇਣਾ ਚਾਹੀਦਾ ਵੈ। ਅਸੀਂ ਮਜਬੂਰੀ 'ਚ ਇੱਥੇ ਬੈਠੇ ਹਾਂ, ਪਾਰਕਿੰਗ ਇਸ ਕਰਕੇ ਹੈ ਕਿਉਂਕਿ ਸਾਨੂੰ ਇੱਥੇ ਰੋਕ ਦਿੱਤਾ ਗਿਆ, ਤਾਂ ਫਿਰ ਅਸੀਂ ਇੱਥੇ ਆਪਣੀਆਂ ਟਰੈਕਟਰ ਟਰਾਲੀਆਂ ਲਗਾ ਦਿੱਤੀਆਂ, ਲੇਕਿਨ ਜੇ ਰਸਤਾ ਖੁੱਲ੍ਹੇਗਾ ਤਾਂ ਅਸੀਂ ਦਿੱਲੀ ਜਾਵਾਂਗੇ ਔਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਵੈਲਕਮ ਕਰ ਰਹੇ ਨੇ, ਨਾਲ ਹੀ ਨਾਲ ਕਹਿ ਰਹੇ ਨੇ ਕਿ ਅਗਲੇ ਮੀਟਿੰਗ ਦੇ ਵਿੱਚ ਦੋਵੇਂ ਫਾਰਮ ਤੈਅ ਕਰਨਗੇ ਕਿ ਕਿਸ ਤਰੀਕੇ ਦੀ ਅਗਲੀ ਰੂਪਰੇਖਾ ਰਹੇਗੀ। ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਕਪਾਹੀ, ਨਿਊਜ਼ 18, ਸ਼ੰਭੂ ਬਾਰਡਰ।